那么办呢？你们这个怎么给分？三零零零，这个怎么给分？你零零八千三百九十九里，大吉大利哈西达，好利好利达利安达，一杯呀巴西达。安达，贝拉阿拉，贝拉提乔乌巴拉。लेके क्यों निकाला मेरे प्यूदा सारा Hey guys, welcome back to our channel. जिधर मैं पंजाबी रील टीवी ते मैं तोर दोस्त अमित सिंह मैं दिलप्रीत सो आज दी वीडियो दे विच आपा चार साल पुरानी यादा ताजिया करनी है नादान परिंदे नाम तो एक यूट्यूब चैनल सी है मतलब हुण वी ओदे विच फैसला आबादी कुछ बच्चे सी जिहड़े स्कूल विच वीडियो बनाउंदे हुंदे सी अपनी स्ट्रीट टैलेंट नाल अपनी सिंगिंग दे नाल आपा सारयां नूं एंटरटेन करदे हुंदे सी बड़ी अच्छी लगदी सी इहनां दी वीडियो ਹੁਣ ਪਤਾ ਨਹੀਂ ਉਹ ਕਿਸ ਕਾਰਨਾਂ ਦੇ ਕਰਕੇ ਜਿਹੜੀ ਵੀਡੀਓ ਨਹੀਂ ਅਪਲੋਡ ਕਰਦੇ ਆਈ ਡੋਨਟ ਨੋ ਅਬਾਊਟ ਦੈਟ ਮੇ ਬੀ ਯੂ ਕੈਨ ਟੈਲ ਅਸ ਅਬਾਊਟ ਦਿਸ ਸੋ ਜਸਟ ਕਮੈਂਟ ਔਨ ਬਿਲੋ ਕਦੇ ਕਦੇ ਅੰਗਰੇਜ਼ੀ ਵਾਲਾ ਪੁੱਛਵਾਰ ਹੋ ਜਾਂਦਾ ਥੋੜ੍ਹਾ ਜਿਹਾ ਸਹਿ ਲਿਆ ਕਰੋ ਸੋ ਵੀਡੀਓ ਕਰਦੇ ਹਾਂ ਸ਼ੁਰੂ ਅੱਜ ਦੀ ਬਹੁਤ ਘੈਂਟ ਹੋਏਗੀ ਦੇਖਦੇ ਹਾਂ ਕਿ ਅੱਜ ਦੀ ਵੀਡੀਓ ਦੇ ਵਿੱਚ ਉਹ ਕੀ ਕਮਾਲ ਕਰਦੇ ਆ ਦੋ ਵੀਡੀਓ ਹੈ ਗਾਉਣਗੇ ਇੰਜੋਏ ਕਰਨਗੇ ਕਰਾਉਣਗੇ ਆ ਜੋ ਵੀਡੀਓ ਦੇਖੀਏ ਚੈਨਲ ਕਰ ਲਓ ਸਬਸਕ੍ਰਾਈਬ आपके सामने हैदर भाई जो सर्दियों के लिए नई आइटम करने लगे सर्दियों के लिए सर्दियों होने लगी है आइटम ये ले लो भाई साडे कोल आंडे सांडे साथ टुरया नहीं जांदा ले लो भाई साडे कोल आंडे साथ टुरया नहीं जांदा साथ टुरया नहीं जांदा ले लो भाई साडे कोल आंडे आंडे क्या बात है जी गलियां च एनी ठंड किते ठर ना जाइए कमरे च एनी ठंड किते मर ना जाइए बियां दे दो करा क्या बात है दो करा ले पावे पुड़िया चार तू ले लो क्या बात है चलो भाई साडे कोल आंडे आंडे साथ टुरे आंडे विच नाल रेडी ते वो गल कर रहा है टुरे आ नहीं जांदा चलो भाई साडे कोल आंडे आंडे मम्मी नू कहंदे वे क्यों नी खांदा मेरे प्यू दा साला आंडा रह गया इको क्या बात है एक वीडियो हो रहा है हजे पर एदे बारे गल कर लिए लिखिया बहुत सोहना लिखिया इन्होंने के नहीं पता पर गाया इन्होंने उदू भी ज्यादा सोहना अच्छा लगा इन्होंने हसाया है मैं लगता क्लास में मजाक करते करते हाँ। गाने भी बनाता इन्होंने वीडियो भी बना ली ये चार साल पुरानी वीडियो है तो मुंडे तो हम बड़े हो गए होने ठीक है ਤੇ ਯਾਰ ਇਹਨਾਂ ਨੇ ਵੀਡੀਓ ਪਾਉਣੀਆਂ ਬੰਦ ਕਿਉਂ ਕਰਤੀਆਂ ਬਾਈ ਜੇਕਰ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਨਾ ਪਹਿਲਾਂ ਤੁਸੀਂ ਆਈ ਥਿੰਕ ਦੇਖੀਆਂ ਹੋਈਆਂ ਪਹਿਲਾਂ ਵਾਲੀਆਂ ਤੇ ਜੇਕਰ ਤੁਸੀਂ ਅੱਜ ਵੀ ਵਾਲੀ ਵੀਡੀਓ ਦੇਖ ਰਹੇ ਹੋ ਤਾਂ ਯਾਰ ਤੁਹਾਨੂੰ ਗੁਜ਼ਾਰਿਸ਼ ਹੈ ਪਲੀਜ਼ ਵੀਡੀਓਜ਼ ਅਪਲੋਡ ਕਰਿਆ ਕਰੋ ਤੁਹਾਡੇ 'ਚ ਬਹੁਤ ਟੈਲੈਂਟ ਹੈ ਤੁਹਾਡੀ ਆਵਾਜ਼ ਸੁਣ ਕੇ ਦਿਲ ਖੁਸ਼ ਹੋ ਜਾਂਦਾ ਤੁਸੀਂ ਬਹੁਤ ਸੋਹਣਾ ਗਾਉਂਦੇ ਹੋ ਇਹਨਾਂ ਸੁਰ ਚ ਗਾਉਂਦੇ ਆ ਹਾਂਜੀ ਵੱਡੇ ਹੋਣ ਤੱਕ ਇਹ ਮਤਲਬ ਕਿਤੇ ਨਾ ਕਿਤੇ ਮਤਲਬ ਸੁਣ ਕੰਮ ਤੱਕ ਪਹੁੰਚ ਸਕਣ ਛੱਡਿਆ ਕਿਉਂ ਜਾਂ ਕਿਸੇ ਹੋਰ ਪਲੇਟਫਾਰਮ ਤੇ ਆ ਗਾਈਸ ਸਾਨੂੰ ਕਮੈਂਟ ਕਰਕੇ ਦੱਸੋ ਸੋ ਸਟਡੀ ਦੇ ਨਾਲ ਨਾਲ ਇੱਕ ਗਾਣਾ ਕਰ ਸਕਦੇ ਹੋ ਮੈਡਮ ਯਾ ਡੈਫੀਨਿਟਲੀ ਓਕੇ ਲੈਟਸ ਵਾਚ ਇਟ ਆਊਟ ਸੈਕਿੰਡ ਸੋ ਅੰਗਰੇਜ਼ੀ ਆ ਗਈ ਨਾ ਦੇਖਿਆ ਫਿਰ ਚਲ ਮੈਨੂੰ ਕਹਿੰਦੇ ਨਾ ਬੋਲਿਆ ਕਰ ਮਣੀ ਮਣੀ ਆ ਜਾਂਦੀ ਹੈ ਨਾ ਵਿੱਚ ਇੱਕ ਥੋੜਾ ਜਿਹਾ ਦਿਖਾਉਣਾ ਹੁੰਦਾ ਕਿ ਸਾਨੂੰ ਆਉਂਦੀ ਹੈ ਤਿੰਨ ਚਾਰ ਗੱਲਾਂ ਹੀ ਆਉਂਦੀਆਂ ਉਹੀ ਰਿਪੀਟ ਕਰ ਦੇਈਦੀਆਂ
ਯਾਰ ਮੈਂ ਨਾ ਮੁੰਡੇ ਬਹੁਤ ਘੱਟ ਦੇਖੇ ਆ ਛੋਟੇ ਬੱਚੇ ਜਿਹੜੇ ਇੰਨੇ ਸੁਰ ਚਗਾਉਂਦੇ ਹੁਣ ਹਾਂਜੀ ਵਧੀਆ ਇਹਨਾਂ ਨੇ ਗਾਣਾ ਲਿਖਿਆ ਹੁਣ ਆਂਡੇ ਵਾਲਾ ਕੱਪੜੇ ਵਾਲਾ ਹਾਂ ਆ ਮੋਟੇ ਬਾਈ ਤੇ ਲਿਖਿਆ ਹੁਣ ਬਲੈਕ ਕੱਪੜੇ ਵਾਲੇ ਕਿਉਂਟੇ ਜੇ ਨੇ ਓਏ ਹੋਏ ਕੀ ਬਾਤ ਹੈ ਇੱਕ ਇੱਕ ਸ਼ਹਿਜ Good one. लबे के सजाइए तेरे नहीं वकीली में दुनिया बनाइए की शैतना के सजाइए ਦੇਖੋ ਕਿੰਨਾ ਸੋਹਣਾ ਗਾਇਆ ਯਾਰ ਇੰਨਾ ਟੈਲੈਂਟ ਇਹਨਾਂ ਚ ਤੇ ਪਤਾ ਨੀ ਇਹਨਾਂ ਨੇ ਵੀਡੀਓ ਬਣਾਉਣੀ ਕਿਉਂ ਬੰਦ ਕਰਤੀਆਂ ਸਟੱਡੀ ਕਰਕੇ ਮੇਨ ਹੁੰਦਾ ਹਨਾ ਹਾਂ ਆਈ ਥਿੰਕ ਇਹ ਨੂਰਜਹਾਂ ਮੈਡਮ ਨੂਰਜਹਾਂ ਦਾ ਗਾਣਾ ਸ਼ਾਇਦ ਇਹ ਵਾਲਾ ਜਿਹੜਾ ਇਹ ਗਾ ਰਹੇ ਨੇ ਮੇ ਬੀ ਮੈਨੂੰ ਪੱਕਾ ਨਹੀਂ ਪਤਾ ਤੇ ਪਰ ਇਹਨਾਂ ਦੀ ਪਰਫੋਰਮੈਂਸ ਦੇਖੋ ਯਾਰ ਜੇ ਕਿਤੇ ਇਹ ਸਿੱਖੇ ਹੋਏ ਲੱਗਦੇ ਆ ਨਾ ਪ੍ਰੋਪਰ ਸਿੱਖੇ ਹੋਏ ਆ ਜੇਕਰ ਕਿਤੇ ਕਿਸੇ ਸਟੇਜ ਤੇ ਓਫੀਸ਼ੀਅਲੀ ਵਿਦ ਸਾਊਂਡ ਮਿਊਜ਼ਿਕ ਬੈਠ ਕੇ ਇਹ ਆਪਣੀਆਂ ਇਹ ਜੋਹਰ ਦਿਖਾਉਣ ਤਾਂ ਮੈਂ ਕਿੰਨਾ ਮਜ਼ਾ ਆ ਜਾਣਾ ਕੀ ਪਤਾ ਇਹ ਗਾਣੇ ਮਤਲਬ ਇਦਾਂ ਗਾਉਂਦੇ ਗਏ ਤੇ ਫੇਮਸ ਹੋ ਸਕਦੇ ਆ ਸਟੇਜ ਤੱਕ ਵੀ ਪਹੁੰਚ ਸਕਦੇ ਆ ਕੀ ਪਤਾ ਹੋ ਗਏ ਹੁਣ ਸਾਨੂੰ ਨਹੀਂ ਪਤਾ ਅਸੀਂ ਇਹਨਾਂ ਦੇ ਚੈਨਲ ਤੋਂ ਇਹ ਵੀਡੀਓਜ਼ ਦੇਖ ਰਹੇ ਆ ਤੇ ਹੋਰ ਕਿਤੇ ਤਾਂ ਮੈਨੂੰ ਦਿਖੀਆਂ ਨਹੀਂ ਤੇ ਜਾਂ ਫਿਰ ਹੋ ਸਕਦਾ ਇਹਨਾਂ ਨੇ ਬੰਦ ਕਰਤਾ ਹੋਵੇ ਗਾਣਾ ਇਹ ਵੀ ਕੁਛ ਨਹੀਂ ਕਹਿ ਸਕਦੇ ਪਰ ਸੀਰੀਅਸਲੀ ਮੈਂ ਮੇਰੇ ਖਿਆਲ ਪਾਕਿਸਤਾਨ ਤੋਂ ਇੱਕ ਇਹ ਨਹੀਂ ਤੇ ਇੱਕ ਸ਼ਾਇਦ ਛੋਟਾ ਜਿਹਾ ਮੁੰਡਾ ਸੀ ਜਿਹੜੇ ਰਾਹਤ ਫਤਿਹ ਅਲੀ ਖਾਨ ਸਾਹਿਬ ਦੀ ਆਵਾਜ਼ ਕੱਢਦਾ ਹੁੰਦਾ ਸੀਗਾ ਪਹਿਲਾਂ ਬੜੇ ਸਿੰਗਰ ਆਉਂਦੇ ਸੀ ਯਾਰ ਪਾਕਿਸਤਾਨ ਤੋਂ 4 ਸਾਲ ਪਹਿਲਾਂ ਛੋਟੇ ਛੋਟੇ ਬੜੇ ਗਾਉਂਦੇ ਸੀ ਹੁਣ ਪਤਾ ਨਹੀਂ ਘੱਟ ਗਏ ਹੈ ਵੀਡੀਓਜ਼ ਹੀ ਨਹੀਂ ਸਾਹਮਣੇ ਆਉਂਦੀਆਂ ਕੁਛ ਨਾਥ ਵਗੈਰਾ ਸੁਣੀ ਆਪਾਂ ਹਾਂ ਰੋਜ਼ੇ ਆਏ ਆ ਹਾਂ ਉਹ ਤਾਂ ਇੱਕ ਅਲੱਗ ਫੀਲਡ ਹੋ ਗਈ ਨਾ ਨਾਥ ਕਲਾਮ ਪਰ ਸਿੰਗਿੰਗ ਦੀ ਗੱਲ ਕਰ ਰਿਹਾ ਮੈਂ ਰਾਹਤ ਫਤਿਹ ਅਲੀ ਖਾਨ ਸਾਹਿਬ ਦੀ ਉਹ ਛੋਟਾ ਜਿਹਾ ਮੁੰਡਾ ਸੀ ਉਹ ਇੱਧਰ ਵੀ ਆਇਆ ਸੀਗਾ ਆਪਣੇ ਉਹਦੇ 'ਚ ਜਿਹੜਾ ਸਿੰਗਿੰਗ ਸ਼ੋਅ ਹੁੰਦਾ ਇੰਡੀਆ 'ਚ ਉਹ 'ਚ ਵੀ ਆਇਆ ਸੀਗਾ ਉਹ ਅਤੇ ਬਹੁਤ ਸੋਹਣਾ ਗਾਇਆ ਸੀ ਉਹਨੇ ਮਜ਼ਾ ਆ ਜਾਂਦਾ ਸੋ ਜੇਕਰ ਤੁਸੀਂ ਬਾਈ ਵੀਡੀਓ ਦੇਖ ਰਹੇ ਹੋ ਤਾਂ ਯਾਰ ਦੱਸੋ ਕਿਉਂ ਨਹੀਂ ਅਪਲੋਡ ਕਰਦੇ ਅਤੇ ਜਾਂ ਫਿਰ ਤੁਸੀਂ ਅਪਲੋਡ ਕਰਿਆ ਕਰੋ ਹੈ ਸੋ ਇਹ ਸੀ ਅੱਜ ਦੀ ਵੀਡੀਓ ਗਾਇਜ਼ ਇਹਨਾਂ ਦਾ ਚੈਨਲ ਹੈ ਨਾਦਾਨ ਪਰਿੰਦੇ ਨਾਮ ਤੋਂ ਲਿੰਕ ਇਨ ਦਾ ਡਿਸਕ੍ਰਿਪਸ਼ਨ ਬਿਲੋ ਪਲੀਜ਼ ਗੋ ਐਂਡ ਚੈੱਕ ਦੇਅਰ ਚੈਨਲ ਐਜ਼ ਵੈਲ ਐਂਡ ਮੇਕ ਸ਼ੋਰ ਯੂ ਹਿੱਟ ਦੈਟ ਸਬਸਕ੍ਰਾਈਬ ਬਟਨ ਫਿਰ ਇੰਗਲਿਸ਼ ਆ ਗਈ
ਸੋ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਤੁਹਾਨੂੰ ਕਿਸੇ ਹੋਰ ਵੀਡੀਓ, ਤਦ ਤੱਕ ਸਾਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।